ਗੱਲ ਜੀ ਤੇ ਅੱਜ ਆਪਾਂ ਰਾਮਪੁਰ ਸ਼ਹਿਰ ਇੱਕ ਕਮਰਾ ਤਿਆਰ ਕਰਿਆ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਹੈ ਨਾ, ਕਮਰੇ ਬਾਰੇ, ਅਤੇ ਬਾਕੀ ਬਾਈ ਦਾ ਫੀਡਬੈਕ ਵੀ ਲਵਾਂਗੇ, ਖਰਚਾ ਵੀ ਦੱਸਾਂਗੇ ਵੀ ਕਿੰਨਾ ਖਰਚਾ ਆ, ਮਗਰ ਤੁਸੀਂ ਕਮਰਾ ਦੇਖ ਸਕਦੇ ਹੋ ਅਤੇ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਾਂ। ਆ ਜਾਓ, ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਬੈੱਡ ਤੋਂ। ਬੈੱਡ ਬਾਈ ਦੇ ਆਪਦੇ ਸੀਗੇ ਰੈਡੀਮੇਡ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਮੇਨ ਆਪਾਂ ਸੀਲਿੰਗ ਦਿਖਾਉਂਦੇ, ਕੰਧਾਂ ਦੇ ਵਿੱਚ ਕੋਈ ਬਾਹਲਾ ਖਾਸ ਨਹੀਂ ਹੁੰਦਾ, ਇੱਕੋ ਹੀ ਰੰਗ ਰੱਖਿਆ ਜਾਂਦਾ। ਔਰ ਇਹ ਆ ਗਈ ਜਾਲੀ, ਇਹ ਹੈਗੀ ਆ 10 ਬਾਏ 10 ਇੰਚ ਚੌੜੀ ਆ, ਔਰ ਜਿਹੜੀ ਇਹ ਹੈਗੀ ਹੈਗੀ 36 ਇੰਚ 2 ਫੁੱਟ 24 ਇੰਚ ਚੌੜੀ ਹੈਗੀ। ਅਤੇ ਇੱਧਰ ਆ ਲੈਂਪ ਆ ਗਏ, ਲੈਂਪ ਤੁਸੀਂ ਦੇਖੋ, ਅਤੇ ਆਹ ਸਾਹਮਣੇ LCD ਵਾਲਾ ਪੈਨਲ ਆ ਗਿਆ। ਜੇ ਆਪਾਂ ਗੱਲ ਕਰੀਏ LCD ਵਾਲੇ ਪੈਨਲ ਦੀ, ਮੈਂ ਤੁਹਾਨੂੰ ਨੇੜਿਓਂ ਦੱਸਦਾ ਅਤੇ ਇਹਦੇ ਬਾਰੇ ਜਾਣਕਾਰੀ ਵੀ ਦੇਵਾਂ। ਇਹ ਬਹੁਤ ਹੀ ਸਸਤਾ ਪੈਂਦਾ, ਮੰਨ ਕੇ ਚੱਲੋ ਵੀ ਇਹਦਾ ਰੇਟ ਹੁੰਦਾ ਜਿਹੜਾ ਕਿ ਕਾਫੀ ਨਹੀਂ ਹੁੰਦਾ ਹੈ ਨਾ, ਅਤੇ ਵੀ ਮੰਨ ਕੇ ਚੱਲੋ ਕੋਈ 2500 2000 3000 ਇੱਥੇ ਹੀ ਰਹਿ ਜਾਂਦਾ। ਅਤੇ ਲੈਂਪ ਆ ਗਏ, ਅਤੇ ਸਾਰੀਆਂ ਕੰਧਾਂ ਜਿਹੜੀਆਂ ਇਹ ਲਾਈਟ ਰੱਖੀਆਂ ਗਈਆਂ। ਅਤੇ ਇੱਕ ਵਾਰੀ ਦੂਰੋਂ ਦੇਖ ਲਈਏ,